ਹਾਂਜੀ, ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ। ਸੋ ਦੋਸਤੋ, ਅੱਜ ਜੇ ਤੁਸੀਂ ਵੀਡੀਓ ਸਟਾਰਟ ਕਰ ਲਈ ਹੈ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਬਹੁਤ ਵਧੀਆ ਗੱਲਾਂ ਆਪਾਂ ਤੁਹਾਡੇ ਨਾਲ ਕਰਨੀਆਂ ਜਿਹੜੇ ਬੰਦੇ ਕੈਨੇਡਾ ਆਉਣ ਦੇ ਲਈ ਇੰਟਰਸਟਡ ਨੇ। ਆਪਾਂ ਸਾਰਿਆਂ ਦੀ ਓਵਰਆਲ ਗੱਲ ਕਰਾਂਗੇ, ਸਟੂਡੈਂਟਾਂ ਦੀ ਵੀ ਕਰਾਂਗੇ, ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦੀ ਵੀ ਕਰਾਂਗੇ, ਅਤੇ ਜੇ ਕੋਈ ਬੰਦਾ ਵੈਸੇ ਹੀ ਘੁੰਮਣ ਫਿਰਨ ਦਾ ਸ਼ੌਕੀਨ ਆ ਵੀ ਕੈਨੇਡਾ ਆਉਣਾ ਚਾਹੁੰਦਾ, ਉਹਨਾਂ ਬਾਰੇ ਵੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਟੂਡੈਂਟਾਂ ਦੀ। ਜਿਵੇਂ ਮੈਂ ਕੁਲਵੰਤ ਪ੍ਰਭ ਆਏ ਸੀਗੇ, ਸੋ ਹੁਣ ਸਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਉਹ ਵੀ ਆਪਾਂ ਐਂਡ 'ਤੇ ਦੱਸਾਂਗੇ ਕੀ ਹਾਲਾਤ ਨੇ ਸਾਡੇ। ਅਤੇ ਕਰਦੇ ਹਾਂ ਆਪਾਂ ਸ਼ੁਰੂ ਸਟੂਡੈਂਟਾਂ ਤੋਂ, ਹੈ ਨਾ। ਬਹੁਤ ਸਾਰੇ ਸਟੂਡੈਂਟ ਆਪਦਾ ਵੀਜ਼ਾ ਲੈਂਦੇ ਆ, ਉੱਦਾਂ ਦਾ ਕੋਰਸ ਲੈਂਦੇ ਆ ਵੀ ਜਿਹਦੇ 'ਚ ਵੀਜ਼ਾ ਆ ਜੇ, ਹੈ ਨਾ। ਚਲੋ, ਬਹੁਤ ਵਧੀਆ ਗੱਲ ਆ, ਹਰ ਇੱਕ ਬੰਦਾ ਵੀਜ਼ਾ ਬਾਰੇ ਸੋਚਦਾ ਆਪਣਾ। ਹਾਂ, ਪਰ ਦਿੱਕਤ ਕੀ ਆਉਂਦੀ ਆ ਅੱਜ ਦੇ ਟਾਈਮ ਦੇ ਵਿੱਚ, ਥੋੜ੍ਹਾ PR ਦੀ ਦਿੱਕਤ ਆ ਰਹੀ ਆ, ਕਿਉਂਕਿ ਉਹ ਜਿਹੜੇ ਕੋਰਸ ਹੁੰਦੇ ਆ, ਤੁਹਾਡੇ 2 ਸਾਲ ਦੇ ਜਾਂ 3 ਸਾਲ ਦੇ ਕੋਰਸ ਹੁੰਦੇ ਆ, ਤੁਸੀਂ ਕਰ ਲੈਂਦੇ ਆ, ਪਰ ਉਹ 'ਚ ਨਿਕਲਦਾ ਕੁਛ ਨਹੀਂ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਤੁਹਾਡੇ ਕੋਲ ਚੋਇਸ ਹੈਗੀ ਵੀ ਤੁਸੀਂ ਕਰ ਸਕਦੇ ਹੋ, ਕੋਈ ਵੀ ਤੁਹਾਨੂੰ ਏਜੰਟ ਕਹਿੰਦਾ ਵੀ ਹਾਂ ਤੇਰੀ ਫਾਈਲ ਵਧੀਆ ਪਰ ਤੇਰਾ ਵੀਜ਼ਾ ਆਜੂ, ਤੁਸੀਂ +2 ਕੀਤੀ ਆ ਤਾਂ ਤੁਸੀਂ 2 ਸਾਲ ਦਾ ਡਿਪਲੋਮਾ ਲੈ ਕੇ ਆਉਣੇ ਆ, ਤੁਸੀਂ ਉਹ ਕਿਹੜਾ ਡਿਪਲੋਮਾ ਲੈਣਾ, ਉਹ ਤੁਸੀਂ ਹਮੇਸ਼ਾ ਹੀ ਦੋਸਤੋ ਅੱਜ ਦੇ ਟਾਈਮ 'ਚ ਜੇ ਕੈਨੇਡਾ 'ਚ ਤੁਸੀਂ PR ਹੋਣਾ ਜਾਂ ਤੁਸੀਂ ਵਧੀਆ ਸੈਲਰੀ ਲੈਣੀ ਆ, ਤਾਂ ਤੁਸੀਂ ਕੋਈ ਸਕਿੱਲ ਵਾਲਾ ਪ੍ਰੋਗਰਾਮ ਲੈਣਾ। ਜਿਵੇਂ ਵੈਲਡਰ ਦੇ ਪ੍ਰੋਗਰਾਮ ਹੁੰਦੇ ਆ, ਹੈ ਨਾ, ਗੱਡੀਆਂ ਸਿਖਾਉਣ ਵਾਲੇ ਪ੍ਰੋਗਰਾਮ ਹੁੰਦੇ ਆ 2-2 ਸਾਲ ਦੇ, ਇਲੈਕਟ੍ਰੀਸ਼ਨ ਦਾ ਹੁੰਦਾ, ਕੋਈ ਪਲੰਬਰ ਦਾ ਹੁੰਦਾ, ਵੈਲਡਰ, ਜਿੰਨੇ ਵੀ ਪ੍ਰੋਗਰਾਮ ਤੁਸੀਂ ਸਰਚ ਕਰੋ ਜਿੱਥੇ ਤੁਸੀਂ ਐਡਮਿਸ਼ਨ ਲੈਣੀ ਚਾਹੁੰਦੇ ਆ ਜਾਂ ਜਿਹੜੇ ਏਰੀਆ 'ਚ ਚਾਹੁੰਦੇ ਆ ਵੀ ਕਿਹੜਾ ਕਾਲਜ ਤੁਹਾਨੂੰ ਉਹ ਪ੍ਰੋਗਰਾਮ ਦੇ ਰਿਹਾ, ਤਾਂ ਤੁਸੀਂ 2 ਸਾਲ ਦਾ ਕੋਈ ਸਕਿੱਲ ਵਾਲਾ ਪ੍ਰੋਗਰਾਮ ਲੈਣਾ। ਕਿਉਂਕਿ ਉਹ ਕੀ ਕਰਦਾ, ਜਿਵੇਂ ਹੁਣ ਪ੍ਰਭ ਮੇਰੇ ਨਾਲ ਦਾ ਮੁੰਡਾ ਇਹ ਵੀ ਸੋਚ ਰਿਹਾ, ਹੈ ਨਾ, ਵੀ ਚਲੋ ਮੈਂ ਵੈਲਡਰ ਦਾ ਕਰ ਲਾ, ਤੁਹਾਨੂੰ ਮੈਂ ਦੱਸੂੰਗਾ ਵੀ ਕੀ ਫਾਇਦਾ ਦੇਊਗਾ ਇਹ। ਫਾਇਦਾ ਕੀ ਹੁੰਦਾ, ਜਦੋਂ ਤੁਸੀਂ ਪੜ੍ਹਾਈ ਕਰਦੇ ਹਾਂ, ਕਿ ਪੜ੍ਹਾਈ ਸੌਖੀ ਹੁੰਦੀ ਆ, ਕੋਈ ਤਾਂ ਟੈਨਸ਼ਨ ਨਹੀਂ ਹੁੰਦੀ, ਫਿਜ਼ੀਕਲ ਪੜ੍ਹਾਈ ਹੁੰਦੀ ਆ ਥੋੜ੍ਹੀ, ਜਿਵੇਂ ਵੈਲਡਿੰਗ, ਹੈ ਨਾ, ਕਰਨੀ ਹੈ, ਕਿੰਨੀ ਕੁ ਔਖੀ ਆਪਾਂ ਨੂੰ ਸਿਖਾ ਦਿੰਦੇ ਆ, ਬਿਲਕੁਲ। ਸੋ ਤੁਹਾਨੂੰ ਘੱਟ ਪੜ੍ਹਾਈ, ਹੈ ਨਾ, ਪੜ੍ਹਨੀ ਪੈਂਦੀ ਆ, ਤੇ ਤੁਹਾਨੂੰ ਸਕਿੱਲ ਸਿੱਖਣ ਨੂੰ ਮਿਲਦੀ ਆ, ਜਦੋਂ ਕਿ ਤੁਸੀਂ ਪੜ੍ਹਾਈ ਜਦੋਂ ਪੂਰੀ ਹੋ ਜਾਂਦੀ ਆ, ਉਦੋਂ ਤੁਸੀਂ ਬਾਹਰ ਆਉਣੇ ਆ ਪੜ੍ਹਾਈ ਪੜ੍ਹ ਕੇ, ਤੁਹਾਨੂੰ ਨਾਲ ਦੀ ਨਾਲ ਜੋਬ ਆਫਰ ਮਿਲ ਜਾਂਦੀ ਆ। ਇਹੋ ਜਿਹੀਆਂ ਜੋਬਾਂ ਪਤਾ ਹੀ ਨਹੀਂ ਕਿੰਨੀਆਂ ਕੁ ਪਈਆਂ ਦੋਸਤੋ ਕੈਨੇਡਾ ਦੇ ਵਿੱਚ, ਜਿਹੜੀਆਂ ਕਿ ਫਿੱਲ ਹੀ ਨਹੀਂ ਹੁੰਦੀਆਂ, ਜਿਹੜੀਆਂ ਕਿ ਬੰਦੇ ਹੀ ਨਹੀਂ ਮਿਲਦੇ ਇੱਥੇ, ਠੀਕ ਆ, ਨਾ ਵੈਲਡਰ ਮਿਲਦੇ ਆ, ਨਾ ਇਲੈਕਟ੍ਰੀਸ਼ਨ ਮਿਲਦੇ ਆ, ਨਾ ਪਲੰਬਰ ਮਿਲਦੇ ਆ। ਹੁਣ ਵੀ ਤਾਂ ਹੀ ਇਹ ਜਾਂ ਤਾਂ ਸਕਿੱਲ ਵਾਲੇ ਨੂੰ ਜਾਂ ਹੈਲਥ ਵਾਲੇ ਸੈਕਟਰ ਨੂੰ, ਹੈ ਨਾ, ਤਾਂ ਹੀ ਪ੍ਰਮੋਟ ਕਰਦੇ, ਕਿਉਂਕਿ ਇਹਨਾਂ ਕੋਲੇ ਬੰਦੇ ਹੈ ਨਹੀਂ। ਕੰਮ ਆਪਾਂ ਕਹਿ ਦਿੰਦੇ ਆ ਵੀ ਕੰਮ ਹੈ ਨਹੀਂ ਕੈਨੇਡਾ 'ਚ, ਕੰਮ ਬਥੇਰਾ, ਕੰਮ ਬਥੇਰਾ, ਹਾਂ, ਜਿਹਦੇ ਕੋਲੇ ਮੰਨ ਲਓ ਸਕਿੱਲ ਹੈਗੀ ਆ, ਬਿਲਕੁਲ। ਸੋ ਇਦਾਂ ਦੇ ਕੰਮ ਬਹੁਤ ਹੀ ਵਿਹਲੇ ਪਏ ਆ, ਜਿਹੜੇ ਕਿ ਮਤਲਬ ਲੋਕ ਹੈ ਨਹੀਂ ਗੇ ਇੱਥੇ। ਸੋ ਤੁਸੀਂ ਉਦਾਂ ਦਾ ਕੋਰਸ ਲੈ ਕੇ ਆਉਣਾ, ਤਾਂ ਕਿ ਤੁਹਾਨੂੰ ਆਉਣ ਸਾਰ, ਤੁਸੀਂ ਪੜ੍ਹਾਈ ਜਦੋਂ ਕਰ ਲਈ ਇਹ, ਨਿਕਲਣ ਸਾਰ ਤੁਹਾਨੂੰ ਜੋਬ ਮਿਲ ਜਾਣੀ ਆ। ਉਸ ਤੋਂ ਬਾਅਦ ਤੁਹਾਡੀ ਸਿਰਫ 5-5.5 ਮਿੰਟਾਂ ਦੇ ਉੱਤੇ ਹੀ ਤੁਹਾਡੀ ਜਿਹੜੀ PR ਆ, ਤੁਸੀਂ ਉਹ ਲਾ ਸਕਦੇ ਹੋ, ਆਪਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਸੋ ਇਹ ਪਹਿਲਾ ਫੈਸਲਾ ਹੈਗਾ ਸਟੂਡੈਂਟਾਂ ਲਈ ਵੀ ਤੁਸੀਂ ਕਿਹੜਾ ਕੋਰਸ ਸਿਲੈਕਟ ਕਰਨਾ, ਕੀ ਤੁਹਾਨੂੰ ਬੈਨੀਫਿਟ ਕਰੂਗਾ। ਸੋ ਦੂਜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਲੋਕ ਜੋਬ ਕਰ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਇੰਡੀਆ 'ਚ, ਵੀ ਉਹ ਕੈਨੇਡਾ ਆਉਣ ਤਾਂ ਉਹਨਾਂ ਲਈ ਫਾਇਦਾ ਹੈਗਾ। ਸੋ ਦੇਖੋ, ਤੁਸੀਂ ਕਾਰਪੋਰੇਟ ਜੋਬ ਕਰਦੇ ਆ ਜਾਂ ਤੁਸੀਂ ਕੋਈ ਸਰਕਾਰੀ ਜੋਬ ਕਰਦੇ ਆ, ਕੋਈ ਮੰਨ ਲਓ ਪੁਲਿਸ 'ਚ ਆ, ਠੀਕ ਆ, ਕੋਈ ਬੈਂਕ 'ਚ ਲੱਗਿਆ ਹੋਇਆ, ਕੋਈ ਵੀ ਅਧਿਕਾਰੀ ਆ, ਤਾਂ ਤੁਸੀਂ ਇੱਥੇ ਆਉਣੇ ਆ ਤਾਂ ਤੁਹਾਡਾ ਜਿਹੜਾ ਬੌਸ ਪੁਣਾ ਜਿਹੜਾ ਪਹਿਲਾਂ ਤਾਂ ਉਹ ਤੁਹਾਨੂੰ ਇੰਡੀਆ ਛੱਡ ਕੇ ਆਉਣਾ ਪਊਗਾ। ਤੁਸੀਂ 50,000 ਲੈਂਦੇ ਆ, ਚਾਹੇ ਤੁਸੀਂ 1,00,000 ਲੈਂਦੇ ਆ, ਕੋਈ ਪੈਸੇ ਦੀ ਵੱਡੀ ਗੱਲ ਨਹੀਂ ਹੈਗੀ, ਪਰ ਜਿਹੜਾ ਬੌਸ ਪੁਣਾ ਉਹ ਤੁਹਾਨੂੰ ਛੱਡਣਾ ਪਊਗਾ। ਜੇ ਤੁਸੀਂ ਇੱਥੇ ਆਉਣੇ ਆ, ਤੁਹਾਨੂੰ ਕੋਈ ਇਹੋ ਜਿਹੀ ਜੋਬ ਕਰਨੀ ਪੈਂਦੀ ਆ, ਭਾਂਡੇ ਧੋਣ ਵਾਲੀ ਜੋਬ ਕਰਨੀ ਪੈਗੀ, ਠੀਕ ਆ, ਜਾਂ ਤੁਹਾਨੂੰ ਕੋਈ ਰੈਸਟੋਰੈਂਟ 'ਚ ਕਲੀਨਿੰਗ ਦਾ ਕੰਮ ਲੱਗਿਆ, ਜਾਂ ਇੱਦਾਂ ਦੇ ਹੁਣ ਕੰਮ ਸਾਰੇ ਹੀ ਕਰਦੇ ਆ। ਸੋ ਉਹ ਥੋੜ੍ਹਾ ਜਿਹਾ ਤੁਹਾਨੂੰ ਪ੍ਰੋਬਲਮ ਆਉਂਦੀ ਆ ਤੁਹਾਡੇ ਮਾਈਂਡਸੈਟ ਨੂੰ ਜੋਬ ਐਕਸੈਪਟ ਕਰਨ ਲਈ, ਕਿਉਂਕਿ ਪੈਸੇ ਦੋਸਤੋ ਆਲਮੋਸਟ ਸੇਮ ਹੀ ਬਣਨੇ ਆ ਤੁਹਾਨੂੰ। ਜਿਹੜਾ ਬੰਦਾ 50,000 ਇੰਡੀਆ 'ਚ ਕਮਾ ਰਿਹਾ ਅੱਜ ਦੇ ਟਾਈਮ ਦੇ ਵਿੱਚ, ਠੀਕ ਆ, ਜਾਂ 70,000 ਕਮਾ ਰਿਹਾ ਜਦੋਂ ਕੈਨੇਡਾ ਉਤਰਿਆ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ
ਸਕਿੱਲ ਤਾਂ ਉਹਦੇ ਕੋਲ ਉਹ ਹੈ ਨੀ, ਕੋਈ ਕੱਲੀ ਆਫਿਸ ਜੋਬ ਕਰਦਾ ਉਹ ਮਿਲਣੀ ਇੱਥੇ ਬਹੁਤ ਔਖੀ ਆ, ਉਹੀ ਜੀ ਜੋਬ ਜਿਹੜੀ ਤੁਸੀਂ ਭਾਲਦੇ ਆ। ਬਿਲਕੁਲ ਸੋ ਦੋਸਤੋ, ਉਹ ਤੁਹਾਨੂੰ ਭਾਂਡੇ ਧੋਣ ਤੋਂ ਵੀ ਸਟਾਰਟ ਕਰਨੀ ਪੈ ਸਕਦੀ ਹੈ, ਰੈਸਟੋਰੈਂਟ ਚ ਵੀ ਜੋਬ ਸਟਾਰਟ ਕਰਨੀ ਪੈ ਸਕਦੀ ਹੈ, ਜਿਹੜੀ ਕਿ ਤੁਹਾਨੂੰ$2000 ਦੇਊਗੀ ਮੈਕਸੀਮਮ, $2000 ਜਾਂ 2200 ਜਾਂ 2500, ਜਿਹਦੇ ਨਾਲ ਤੁਹਾਨੂੰ ₹1,20,000 ਬਣ ਗਿਆ, ਠੀਕ ਹੈ, ਜਾਂ ₹1,30,000 ਬਣ ਗਿਆ, ਜਿਹ ਚ ਤੁਹਾਡਾ $1,000 ਖਰਚਾ ਆ ਨਾ, ਮੰਨ ਲਓ ਸੱਠ ਹਜ਼ਾਰ ਤੁਹਾਡਾ ਖਰਚਾ, ਤੇ ਤੁਹਾਨੂੰ ₹60,000 ਪਿੱਛੇ ਬਚਣਾ, ਤਾਂ ਫਿਰ ਤੁਹਾਨੂੰ ਐ ਲੱਗਦਾ ਉਹ ਤੁਹਾਨੂੰ ਮਰਨਾ ਵੀ ਪੈਂਦਾ ਇੱਥੇ, ਇਹ ਨੀ ਗੱਲ ਕਿ ਤੁਹਾਨੂੰ ਸੌਖਾ ਬਣ ਜਾਂਦਾ, ਉੱਥੇ ਤੁਸੀਂ ਇੰਡੀਆ ਚ ਕੁਰਸੀ ਤੇ ਬਹਿ ਕੇ ਕਮਾਉਣੇ ਆ ਜਾਂ ਆਰਡਰ ਮਾਰਦੇ ਆ ਵੀ ਚਾਹ ਲਿਆ ਓਏ ਰੋਟੀ ਲਿਆ, ਸਾਰਾ ਕੁਝ ਤੁਹਾਨੂੰ ਇੰਡੀਆ ਚ ਮਿਲਦਾ, ਆਪਣੇ ਯਾਰਾਂ ਦੋਸਤਾਂ ਨਾਲ ਬਹਿੰਦੇ ਆ, ਫੈਮਿਲੀਆਂ ਚ ਮਿਲਦੇ ਆ, ਠੀਕ ਆ, ਤੇ ₹60,000 ਤੁਸੀਂ ਕਮਾਉਣੇ ਆ, ਇੱਥੇ ਆ ਕੇ ਤੁਸੀਂ ਉਹ ₹60,000 ਜਿਹੜਾ ਤੁਸੀਂ ਬਚਾਉਣਾ ਉਹ ਤੁਸੀਂ ਜਮਾ ਮਰ ਕੇ ਬਚਾਉਣਾ, ਕਿਉਂਕਿ ਬਾਈ ਜੀ ਇੱਥੇ ਜਾਨ ਕੱਢ ਦਿੰਦੇ ਆ ਬੰਦੇ ਦੀ ਕੰਮ ਕਰਾ ਕੇ, ਰੈਸਟੋਰੈਂਟ ਵਾਲੇ ਜਾਂ ਕੋਈ ਹੋਰ ਇੱਦਾਂ ਦੇ ਕੰਮ ਕਰਾਉਂਦੇ ਜਿਹੜੇ, ਵੀ ਬੰਦੇ ਨੂੰ ਔਖਾ ਹੋਣਾ ਪੈਂਦਾ, ਉਹ ਸਾ ਤੁਹਾਨੂੰ ਸਵੇਰ ਦੀ ਸ਼ਿਫਟ ਮਿਲ ਜੇ, ਉਹ ਸਾ ਤੁਹਾਨੂੰ ਰਾਤ ਦੀ ਸ਼ਿਫਟ ਮਿਲੇ 10 ਵਜੇ ਤੱਕ, ਸੋ ਉਹਨਾਂ ਲਈ ਮੈਨੂੰ ਨੀ ਲੱਗਦਾ ਵੀ ਕੋਈ ਫਾਇਦਾ ਹੈਗਾ ਕੈਨੇਡਾ ਆਉਣ ਦਾ ਅੱਜ ਦੇ ਟਾਈਮ ਦੇ ਵਿੱਚ, ਠੀਕ ਹੈ, ਕਿਉਂਕਿ ਵਧੀਆ ਆਪਦੀ ਇੰਡੀਆ 'ਚ ਤੁਸੀਂ ਜੋਬ ਕਰ ਰਹੇ ਆ, ਘਰਦਿਆਂ ਕੋਲ ਬੈਠੇ ਆ, ₹50,000 ਕਮਾ ਰਹੇ ਆ, ਠੀਕ ਆ, ਤੇ ਇੱਥੇ ਆਉਣ ਦਾ ਤੁਹਾਨੂੰ ਲੱਗਦਾ ਨੀ ਮੈਨੂੰ ਕੋਈ ਫਾਇਦਾ ਹੈਗਾ, ਬਾਕੀ ਚੋਇਸ ਤੁਹਾਡੀ ਆਪਣੀ ਹੁੰਦੀ ਹੈ, ਮੈਂ ਤਾਂ ਤੁਹਾਡਾ ਦੱਸਣਾ ਫਰਜ਼ ਬਣਦਾ ਵੀ ਕੀ ਹਾਲਾਤ ਨੇ, ਕਿੰਨਾ ਕੁ ਤੁਸੀਂ ਕਮਾ ਸਕਦੇ ਆ, ਕੀ ਤੁਸੀਂ ਕਰ ਸਕਦੇ ਆ, ਹਨਾ। ਸੋ ਜੋਬ ਵਾਲੇ ਬੰਦਿਆਂ ਦਾ ਵੀ ਇਹ ਸੀਨ ਆ ਦੋਸਤੋ, ਬਾਕੀ ਆਹ ਦੇਖ ਲਓ ਮਗਰ ਘਾਹ ਹੋਇਆ ਵਾ, ਹੋ ਸਕਦਾ ਤੁਹਾਨੂੰ ਘਾਹ ਕੱਟਣਾ ਪੈ ਜੇ, ਇਹ ਕੋਈ ਪਤਾ ਨੀ ਤੁਹਾਨੂੰ ਕਨੇਡਾ ਆ ਕੇ ਕਿਹੜੀ ਜੋਬ ਕਰਨੀ ਪੈ ਸਕਦੀ ਆ। ਆਹ ਮੇਰਾ ਵੀਰ ਇਹ ਵੀ ਘਾਹ ਕੱਟਦਾ ਰਿਹਾ ਪਿਛਲੇ ਆਹ ਗਰਮੀਆਂ 'ਚ, ਘਾਹ ਪਰ ਆਏ ਨੇ ਹੱਥ ਨਾਲ ਕੱਟਣਾ, ਮਸ਼ੀਨ ਮਿਲਦੀ ਆਪਾਂ ਨੂੰ, ਏਡੀ ਕੋਈ ਚੱਲ ਕੁਛ ਵੀ ਹੈ ਪਰ ਕੱਟਣਾ ਪੈ ਸਕਦਾ, ਠੀਕ ਆ। ਜਿਵੇਂ ਹੁਣ ਮੇਰਾ ਦੋਸਤ ਸੀਗਾ, ਪਤਾ ਕੀ ਸੀਗਾ, ਡਾਕਟਰ ਸੀਗਾ ਇੰਡੀਆ ਦੇ ਵਿੱਚ, ਉਹਦਾ ਆਪਦਾ ਕਲੀਨਿਕ ਸੀਗਾ, ਘੱਟੋ ਘੱਟ ₹1,00,000 ਕਮਾਉਂਦਾ ਸੀ ਇੰਡੀਆ ਦੇ ਵਿੱਚ, ਪਰ ਜਦੋਂ ਕੈਨੇਡਾ ਆਇਆ ਉਹਨੂੰ ਆ ਕੇ ਇਹੋ ਜਿਹੇ ਕੰਮ ਹੀ ਕਰਨੇ ਪਏ, ਫਿਰ ਥੱਕ ਹਾਰ ਕੇ ਉਹ ਵਿਚਾਰੇ ਤੋਂ ਇਹੋ ਜਿਹਾ ਕੰਮ ਤਾਂ ਹੋਇਆ ਨੀ, ਉਹਨੇ ਉਬਰ ਸਟਾਰਟ ਕਰ ਲਈ, ਸੋ ਉਬਰ ਕਰਦਾ ਹੁਣ, ਉਬਰ ਦੇਖ ਲਓ ਵੀ ਕਿੰਨੀ ਕਮਾਈ ਆ, ਰੈਸਟੋਰੈਂਟ ਦਾ ਆਰਡਰ ਚੱਕ ਲਏ, ਕਲਵੰਤ ਦੇ KFC ਤੋਂ ਆਰਡਰ ਚੱਕ ਕੇ ਕਿਤੇ ਲਾਹ ਤੇ, ਬਸ ਇਹ ਕੰਮ ਕਰਦਾ। ਏਦਾਂ ਹੀ ਆ ਬਈ, ਇੱਕ ਮੁੰਡਾ ਹੋਰ ਮੰਨ ਲਓ ਗਵਰਨਮੈਂਟ ਜੋਬ ਕਰਦਾ ਸੀ, ਕਹਿੰਦਾ ਵੀ ਜਿਵੇਂ ਆਪਣੇ ਹੁੰਦਾ ਹਨਾ ਕੈਨੇਡਾ ਕੀੜਾ, ਮੰਨ ਲਓ ਵੀ ਕੈਨੇਡਾ ਜਾਣਾ ਕੈਨੇਡਾ, ਮਹਾਂ ਵੀ ਤੂੰ ਦੇਖ ਲਾ ਵੀ ਤੇਰੇ ਕੋਲ ਜੋਬ ਹੈਗੀ ਆ ਗਵਰਨਮੈਂਟ ਵਧੀਆ, ਤੂੰ ਰਹਿਣ ਦੇ। ਕਹਿੰਦਾ ਨਹੀਂ ਮੈਂ ਆਉਣਾ ਹੀ ਆ, ਮਹਾਂ ਚੱਲ ਤੂੰ ਵਿਜ਼ਟਰ ਵੀਜ਼ਾ ਲਵਾ ਲਾ, ਫਿਰ ਉਹਦੀ ਭੈਣ ਹੈਗੀ ਸੀ, ਚਲੋ ਉਹਨੇ ਕਰਕੇ ਮੰਨ ਲਈ ਮੇਰੀ ਵਿਜ਼ਟਰ ਵੀਜ਼ਾ ਲਵਾ ਲਿਆ। ਅੱਛਾ, ਹੁਣ ਉਹ ਆਇਆ ਗਾ 10 ਕੁ ਦਿਨ ਹੋ ਗਏ, ਉਹ ਜਿਵੇਂ ਆਪਾਂ ਆਏ ਸੀ ਪਹਿਲਾਂ ਹਨਾ ਕਮਰਿਆਂ 'ਚ, ਮੰਨ ਲਾ ਥੱਲੇ ਬੇਸਮੈਂਟ ਤੇ ਖੜਕਾ ਹੋਈ ਜਾਣਾ, ਕੋਈ ਟੂਟੀ, ਕਹਿੰਦਾ ਯਾਰ ਇਹਦਾ ਔਖਾ ਹੀ ਕੰਮ ਆ, ਕਹਿੰਦਾ ਵੀ ਘਰ ਆਜੂ ਖੜਕਾ ਹੁੰਦਾ, ਮੰਨ ਲਾ ਉਹਨੇ ਰਿਟਰਨ ਕਰਾ ਲਈ ਆਪਦੀ 10 ਕੁ ਦਿਨਾਂ ਬਾਅਦ, ਕਹਿੰਦਾ ਮੈਂ ਤਾਂ ਚੱਲਿਆ ਭਰਾਵਾ, ਕਹਿੰਦਾ ਉੱਤੇ ਲੋਟ, ਕਿਉਂਕਿ ਬਾਈ ਇਹਦੇ ਕੋਈ ਨੀ ਪੁੱਛਦਾ ਘੜਾ ਅੰਗਰਾਜ ਮੁੜ ਕੇ ਇੱਥੇ, ਉਹ ਦਿੱਕਤ ਆਉਂਦੀ ਵੀ ਜਿਹੜੇ ਹੈਗੇ ਆ ਜਿਹਨਾਂ ਕੋਲ ਜੋਬ ਵਗੈਰਾ ਉੱਥੇ ਹੀ ਵਧੀਆ, ਬਾਕੀ ਆਪਦਾ ਜੇ ਤੁਹਾਨੂੰ ਹੈਗੇ ਹਨਾ ਮੰਨ ਲਓ ਵਿਜ਼ਟਰ ਵਗੈਰਾ ਜਾਂ ਲਵਾ ਲਿਆ ਆਪਦਾ, ਦੇਖ ਲਓ ਰੱਬ ਦੇ ਜਿਹੜਾ ਨੂੰ ਹੱਥ ਲਾ ਕੇ ਬਦਲਾਤਾ, ਸਹੀ ਗੱਲ ਆ। ਸੋ ਬਾਕੀ ਉਹਨਾਂ ਦੀ ਵੀ ਗੱਲ ਕਰਾਂਗੇ ਆਪਾਂ, ਜਿਨ੍ਹਾਂ ਦੇ ਅੰਦਰ ਕੀੜਾ ਹੈਗਾ, ਠੀਕ ਹੈ ਜੀ, ਕੈਨੇਡਾ ਆਉਣ ਦਾ, ਪਰ ਵਧੀਆ ਖੇਤੀਬਾੜੀ ਕਰਦੇ ਆ, ਉਹ ਕੀੜਾ ਤਾਂ ਫਿਰ ਮੇਰੇ ਵੀਰ ਆ ਕੇ ਨਿਕਲੂਗਾ। ਸੋ ਬਾਕੀ ਸਹੀ ਗੱਲ ਆ ਬਾਬੇ, ਉਹ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਆ ਫਿਰ ਤੁਹਾਡਾ ਕੀੜਾ ਨਿਕਲ ਜਾਂਦਾ, ਚਾਹੇ ਤੁਸੀਂ ਵਧੀਆ ਕਮਾਈ ਕਰਦੇ ਆ ਇੰਡੀਆ 'ਚ, ਖੇਤੀਬਾੜੀ ਕਰਦੇ ਆ ਵਧੀਆ, ਪਰ ਜੇ ਤੁਸੀਂ ਇੱਥੇ ਆਉਣੇ ਆ ਲੋਕਾਂ ਨੂੰ ਦੇਖਦੇ ਆ ਭੱਜ ਭਜਾਈ, ਕੋਈ ਰੈਸਟੋਰੈਂਟ 'ਚ ਉਤਰਿਆ ਜਾਂਦਾ, ਕੋਈ ਕਲੀਨਿੰਗ ਕਰੀ ਜਾਂਦਾ, ਕੋਈ ਘਾਹ ਕੱਟੀ ਜਾਂਦਾ, ਇਹੋ ਜਿਹੇ ਕੰਮ ਜਦੋਂ ਕਰਦੇ ਤੁਸੀਂ ਦੇਖਦੇ ਆ, ਉੱਥੇ ਤੁਸੀਂ ਸਰਦਾਰੀ ਨਾਲ ਰਹਿੰਦੇ ਸੀ, ਵਧੀਆ ਮੰਜਾ ਡਾਹਿਆ ਹੁੰਦਾ ਸੀ, ਖੇਤ ਆਪਦਾ ਟੋਰ ਨਾ, ਘਰੋਂ ਚਾਹ ਆਉਂਦੀ ਸੀ, ਘਰੋਂ ਰੋਟੀ ਆਉਂਦੀ ਸੀ, ਕਹਿੰਦੇ ਸੀ ਰਾਮੂ ਜਾ ਉਹ ਕੰਮ ਕਰੋ, ਪਰ ਇੱਥੇ ਉਹ ਚੀਜ਼ ਤੁਹਾਨੂੰ ਨਹੀਂ ਮਿਲਦੀ ਆ ਕੇ, ਤਾਂ ਫਿਰ ਤੁਸੀਂ ਆਪਦਾ ਫੈਸਲਾ ਜਿਹੜਾ ਕਈ ਵਾਰੀ ਤੁਸੀਂ ਗਲਤ ਮੰਨ ਲੈਂਦੇ ਵੀ ਗਲਤ ਕੀਤਾ, ਪਰ ਉਦੋਂ ਟਾਈਮ ਖੁੰਝ ਜਾਂਦਾ, ਜਾਂ ਤੁਸੀਂ ਆਪਦੀ ਕੋਈ ਪੈਲੀ ਠੇਕੇ ਤੇ ਲਾ ਦਿੰਦੇ ਆ, ਜਾਂ ਤੁਸੀਂ ਉਦਾਂ ਦਾ ਕੋਈ ਫੈਸਲਾ ਲੈ ਲੈਂਦੇ ਵੀ ਕੰਮ ਛੱਡ ਦਿੰਦੇ ਆ। ਸੋ ਬਾਈ ਠੇਕੇ ਚੱਲ ਠੀਕ ਆ, ਪਰ ਜਿਹੜੇ ਲੋਕੀ ਅੱਜ ਕੱਲ ਟ੍ਰੈਂਡ ਬਣਿਆ ਨਾ ਵੀ ਜ਼ਮੀਨਾਂ ਵਿੱਚ ਵੇਚ ਕੇ ਆਉਂਦੇ ਆ, ਬਿਲਕੁਲ ਉਹ ਤਾਂ ਬਹੁਤ ਹੀ ਗਲਤ ਆ ਦੋਸਤੋ, ਉਹ ਵੀ ਆਪਾਂ ਕਨਸੈਪਟ ਨਾ ਅੱਗੇ ਬਣਾਵਾਂਗੇ ਵੀਡੀਓ ਪੂਰੀ, ਵੀ ਜਿਹੜੇ ਬੰਦੇ ਸੋਚਦੇ ਵੀ ਇੱਥੇ ਸੈਟਲ ਹੋਣ ਦਾ,
ਵੀ ਉਹਨਾਂ ਦਾ ਕੀ ਇਫੈਕਟ ਹੋਊਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਵੀ ਆਪਾਂ ਗੱਲਬਾਤ ਕਰਾਂਗੇ। ਬਾਕੀ ਦੋਸਤੋ ਜਿਹੜੀ ਆਪਾਂ ਤੀਜੀ ਗੱਲ ਕਰਨੀ ਹੈ ਵੀ ਜਿਹੜੇ ਬੰਦੇ ਕੋਲ ਪੈਸਾ ਵਧੀਆ ਇੰਡੀਆ 'ਚ ਹੈਗਾ, ਉਹ ਬੰਦਾ ਫਿਰ ਵੀ ਕਹਿੰਦਾ ਵੀ ਮੈਂ ਕੈਨੇਡਾ ਜਾਣਾ, ਹੈ ਨਾ, ਮੇਰੇ 'ਚ ਕੀੜਾ ਜੀ, ਮੈਂ ਜਾਣਾ ਹੀ ਜਾਣਾ ਕੈਨੇਡਾ। ਸੋ ਉਹ ਬੰਦੇ ਦੋ ਤਰੀਕੇ ਨਾਲ ਆਉਂਦੇ ਆ, ਇੱਕ ਤਾਂ ਲੈ ਕੇ ਆਉਂਦੇ ਆ ਵਿਜ਼ਿਟਰ, ਅਤੇ ਜਾਂ ਫਿਰ ਕਈ ਬੰਦੇ ਲੈ ਲੈਂਦੇ ਆ ਵਰਕ ਪਰਮਿਟ, ਵੀ ਕੋਈ ਖੇਤੀ ਵਾਲਾ ਵਰਕ ਪਰਮਿਟ ਲੈ ਲੈਂਦੇ ਆ ਜਾਂ ਕੋਈ ਵਿਜ਼ਿਟਰ ਵੀ ਲੈ ਲੈਂਦੇ ਆ। 30 ਲੱਖ ਰੁਪਈਆ ਜਾਂ 35 ਲੱਖ ਰੁਪਈਆ ਤੁਸੀਂ ਲਾਉਣੇ ਆ, ਪਰ ਤੁਸੀਂ ਇੰਡੀਆ 'ਚ ਵੀ ਵਧੀਆ ਸੈੱਟ ਆ, ਹੈ ਨਾ, ਮੈਂ ਕਹੂੰਗਾ ਤੁਸੀਂ ਪੈਸੇ ਦੀ ਬਰਬਾਦੀ ਕਰ ਰਹੇ ਆ। ਕਿਉਂਕਿ ਜਿੰਨਾ ਮੈਨੂੰ ਪਤਾ, ਜਿੰਨਾ ਮੈਂ ਦੇਖਿਆ ਇੱਥੇ ਆ ਕੇ, ਵੀ ਉਹ ਬੰਦੇ ਹਮੇਸ਼ਾ ਹੀ ਕਹਿੰਦੇ ਆ ਵੀ ਕੈਨੇਡਾ ਆ ਕੇ ਅਸੀਂ ਗਲਤੀ ਕੀਤੀ, ਕਿਉਂਕਿ ਉੱਥੇ ਵਧੀਆ ਨਾ ਸਾਰਾ ਕੋਈ ਮਾਹੌਲ ਸੈੱਟ ਹੁੰਦਾ, ਸਾਰਾ ਕੁਛ ਓਕੇ ਹੁੰਦਾ, ਕੋਈ ਪੈਸੇ ਦਾ ਬਰਡਨ ਨਹੀਂ ਹੁੰਦਾ, ਕੋਈ ਕਰਜ਼ਾ ਨਹੀਂ ਦੇਣਾ, ਕੁਛ ਹੋਰ ਨਹੀਂ ਕਰਨਾ। 30-35 ਲੱਖ ਰੁਪਏ ਤੁਸੀਂ ਇੱਥੇ ਆ ਕੇ ਵੇਟਰ ਵੀਜ਼ੇ 'ਤੇ ਲਾ ਦਿੰਦੇ ਆ, ਫਿਰ ਤੁਸੀਂ LMI ਲੈਂਦੇ ਆ, ਜੋਬ ਚੇਂਜ ਕਰਦੇ ਆ ਕੋਈ ਆਪਦੀ, ਹੈ ਨਾ, ਲੱਭਦੇ ਆ ਇੱਥੇ ਸੱਚ ਜੋਬ ਤੁਸੀਂ ਆ ਕੇ, ਤਾਂ ਕਿ ਤੁਹਾਨੂੰ PR ਮਿਲ ਸਕੇ, ਕਿਉਂਕਿ ਤੁਸੀਂ 30 ਲੱਖ ਲਾ ਕੇ ਬਰਬਾਦ ਤਾਂ ਕਰਨਾ ਨਹੀਂ ਹੁਣ। ਫਿਰ ਜਿਹੜੇ ਤੁਸੀਂ ਵਰਕ ਪਰਮਿਟ 'ਤੇ ਆਉਣੇ ਆ, ਉਹ ਵੀ ਤੁਹਾਨੂੰ ਹੋਰ ਪੈਸੇ ਲਾਉਣੇ ਪੈਂਦੇ ਇੱਥੇ ਆ ਕੇ, ਕਿਉਂਕਿ ਤੁਸੀਂ ਚੇਂਜ ਕਰਾਉਣਾ ਹੁੰਦਾ ਵਰਕ ਪਰਮਿਟ ਆਪਦੇ ਕਿਸੇ ਹੋਰ ਨੌਕ ਦੇ ਵਿੱਚ, ਤਾਂ ਕਿ ਤੁਹਾਨੂੰ PR ਮਿਲ ਸਕੇ। 10-12 ਲੱਖ ਰੁਪਏ ਤੁਸੀਂ ਹੋਰ ਪੱਟ ਦਿੰਦੇ ਆ, ਵੀ ਤੁਸੀਂ 40-45 ਲੱਖ ਰੁਪਈਆ ਲਾ ਦਿੰਦੇ ਆ, ਉਹਦਾ ਕੋਈ ਆਸਰਾ ਨਹੀਂ ਨਿਕਲਦਾ ਇੱਥੇ ਆ ਕੇ, ਕਿਉਂਕਿ ਕਮਾਈ ਇੰਨੀ ਹੁੰਦੀ ਨਹੀਂ। ਕਮਾਈ ਉਹੀ ਤੁਹਾਡੇ ਕੋਲ ਇੰਡੀਆ 'ਚ ਵਧੀਆ ਸਿਸਟਮ ਚੱਲਦਾ ਹੁੰਦਾ, 10-15 ਕਿੱਲੇ ਤੁਹਾਡੇ ਕੋਲ ਹੈਗੇ ਆ, ਜਾਂ ਤੁਸੀਂ ਹੋਰ ਵੀ ਕੋਈ ਬਿਜ਼ਨਸ ਨਿੱਕਾ ਮੋਟਾ ਕਰਦੇ ਆ, ਜਾਂ ਕੋਈ ਹੋਰ ਤੁਹਾਡੇ ਕੋਲ ਸਿਸਟਮ ਹੈਗਾ ਸੈੱਟ, ਤਾਂ ਤੁਸੀਂ ਇਹ ਤੋਂ ਬਿਹਤਰ ਵੀ ਉਹ 40-45 ਲੱਖ ਇੰਡੀਆ ਲਾ ਕੇ ਹੋਰ ਆਪਦਾ ਸਿਸਟਮ ਸੈੱਟ ਕਰੋ, ਹੋਰ ਵਧੀਆ ਬਿਜ਼ਨਸ ਕਰ ਸਕਦੇ ਆ, ਜਿਹਦੇ ਤੁਹਾਨੂੰ ਹੋਰ ਜ਼ਿਆਦਾ ਬੈਨੀਫਿਟ ਹੋ ਕੇ ਤੁਹਾਡੀ ਜ਼ਿੰਦਗੀ ਵੀ ਵਧੀਆ ਲੰਘੂਗੀ। ਇੱਥੇ ਜ਼ਿੰਦਗੀ ਤੁਹਾਡੀ ਆ ਕੇ ਔਖੀ ਹੋ ਜਾਂਦੀ ਹੈ, ਤੁਹਾਨੂੰ ਦਿਹਾੜੀਆਂ ਕਰਨੀਆਂ ਪੈਂਦੀਆਂ, ਰੈਸਟੋਰੈਂਟ 'ਚ ਲੱਗਣਾ ਪੈਂਦਾ, ਕਿਉਂਕਿ ਉੱਥੇ ਤੁਸੀਂ ਕਿਤੇ ਕੰਮ ਨਹੀਂ ਕੀਤਾ ਹੁੰਦਾ, ਸੈਟਿੰਗ ਹੁੰਦੀ ਆ ਤੁਹਾਡੀ ਸਾਰੀ ਵਧੀਆ ਉੱਥੇ, ਇੱਥੇ ਆ ਕੇ ਤੁਹਾਡੀ ਲਾਈਫ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ। ਵੀ ਸਾਡੀ ਇਹੀ ਸਲਾਹ, ਜਿਹੜੇ ਬੰਦੇ ਦਾ ਇੰਡੀਆ ਸਿਸਟਮ ਸੈੱਟ ਹੈ, ਉਹ ਬੰਦਾ ਰਾਈਟ ਨਾਓ ਦੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕੈਨੇਡਾ ਆਉਣ ਦੀ ਹਜੇ ਨਾ ਹੀ ਸੋਚੋ, 1-2 ਸਾਲ, ਜਹਾਂ ਜੇ ਸਥਿਤੀ ਵਧੀਆ ਹੋ ਗਈ, ਚੰਗਾ ਹੋ ਗਿਆ ਸਿਸਟਮ ਸਾਰਾ, ਕੈਨੇਡਾ ਦੀ ਲਾਈਫ ਸਿਸਟਮ ਓਕੇ ਹੋ ਗਿਆ, ਫਿਰ ਤੁਸੀਂ ਆ ਸਕਦੇ ਆ। ਕਿਉਂ ਭਰਾ? ਹਾਂਜੀ, ਵੀ ਰਾਈਟ ਨੋ ਰਿਸੈਸ਼ਨ ਹੈਗੀ ਆ, ਸਾਰਾ ਕੁਝ ਮਹਿੰਗਾ ਇਸ ਟਾਈਮ, ਤੇ ਬਾਕੀ ਜੋਬਾਂ ਜੁਬਾਂ ਦਾ ਕੋਈ ਏਡਾ ਸੀਨ ਹੈ ਨਹੀਂ ਵੀ ਤੁਸੀਂ ਆ ਕੇ ਬਈ ਜੋਬ ਲੈ ਕੇ ਨਾਲ ਦੀ ਨਾਲ ਤੁਸੀਂ ਵਰਕ ਪਰਮਿਟ ਤੇ ਚੜ ਗਏ, ਆਪਦਾ PR ਨੂੰ ਸਿੱਧੇ ਹੋ ਗਏ ਤੁਸੀਂ, ਜਾਂ ਜਿਹੜੇ ਰੈਂਟ ਰੁੰਟ ਵੀ ਆ ਉਹ ਵੀ ਇਸ ਟਾਈਮ ਵੱਧ ਹੀ ਰਹੇ ਆ। ਹਾਂ, ਤੁਹਾਡਾ ਖਰਚਾ ਆਉਂਦਾ ਉਹਦੇ ਤੇ ਵੇਟਰ ਲਾਲਾ ਟਰਾਈ ਕਰੀ ਚੱਲੋ, ਕੋਈ 10-15 ਹਜ਼ਾਰ ਤੁਹਾਡਾ ਖਰਚਾ ਆਉਂਦਾ, ਕਿਸੇ ਨੂੰ 30-35 ਲੱਖ ਰੁਪਈਆ ਨਾ ਦਿਓ, ਤੁਹਾਡਾ ਜਮੀ ਨਹੀਂ ਪੂਰਾ ਹੋਣਾ ਕੈਨੇਡਾ ਜਾ ਕੇ ਅੱਜ ਦੇ ਟਾਈਮ ਦੇ ਵਿੱਚ, ਛੇਤੀ ਤੁਸੀਂ ਨਹੀਂ ਪੂਰਾ ਕਰ ਸਕਦੇ, ਸਿੱਧੀ ਗੱਲ ਆ। ਸੋ ਬਿਹਤਰ ਆ ਵੀ ਆਪਦਾ ਕੋਈ ਕਿਸੇ ਤੋਂ ਇਨਵੀਟੇਸ਼ਨ ਲੈ ਲਓ, 2-4 ਵਾਰੀ ਟਰਾਈ ਕਰ ਲਓ ਵੇਟਰ, ਹੋ ਸਕਦਾ ਵੀ ਤੁਹਾਡਾ ਵੀਜ਼ਾ ਆ ਜੇ, ਤੁਹਾਨੂੰ ਆ ਕੇ ਤੁਸੀਂ 4 ਪੈਸੇ ਕਮਾ ਲਓ, ਨਹੀਂ 30-35 ਲੱਖ ਰੁਪਈਆ ਲਾ ਕੇ ਬਈ ਕੈਨੇਡਾ ਤੁਸੀਂ ਨਾ ਆਇਓ ਅੱਜ ਦੇ ਟਾਈਮ 'ਚ, ਬਹੁਤ ਵੱਡੀ ਗਲਤੀ ਹੈ ਤੁਹਾਡੀ ਇਹ। ਸੋ ਇੰਨੀ ਕੀ ਸੀਗੀਆਂ ਬੇਨਤੀਆਂ, ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਬਹੁਤ ਵੱਡਾ ਡਿਸਕਸ ਕਰਾਂਗੇ ਕਨਸੈਪਟ, ਜਿਹੜਾ ਫੈਮਿਲੀ ਦਾ ਇੱਥੇ ਆ ਕੇ ਕੈਨੇਡਾ ਦਾ, ਜਿਹੜਾ ਜਿਹੜੇ ਲੋਕ ਕੈਨੇਡਾ ਆ ਕੇ ਫੈਮਿਲੀ ਸੈੱਟ ਕਰਕੇ ਬੈਠੇ ਆ, ਜਾਂ ਉਹਨਾਂ ਦੇ ਉਹਨਾਂ ਦਾ ਫਿਊਚਰ ਪਲਾਨ ਕੀ ਆ, ਜਾਂ ਉਹਦਾ ਫਾਇਦਾ ਕੀ ਆ, ਨੁਕਸਾਨ ਕੀ ਆ, ਉਹਦੇ ਤਾਂ ਆਪਾਂ ਗੱਲਬਾਤ ਕਰਾਂਗੇ। ਸੋ ਬਣੇ ਰਹੋ ਆਪਣੇ ਨਾਲ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ, ਮਿਲਦੇ ਹਾਂ।